ਗੱਲ ਕਰੀਏ ਸਟੂਡੈਂਟ ਪ੍ਰੋਟੈਸਟ ਦੀ ਅਤੇ ਧਰਨਿਆਂ ਦੀ, ਹੈ ਨਾ, ਜਿਹੜੇ ਲੱਗ ਰਹੇ ਨੇ ਪ੍ਰਿੰਸ ਐਡਵਰਡ 'ਚ। ਅਤੇ ਇੱਕ ਪਹਿਲਾਂ ਗੱਲ ਕਰਦੇ ਆਪਾਂ ਧਰਨੇ ਦੀ। ਧਰਨਾ ਕੀ ਹੈ ਜੀ? ਇੱਕ ਡੈਮੋਕ੍ਰੇਟਿਕ ਕੰਟਰੀ 'ਚ ਜਿਸੇ ਕੋਨਸਟੀਟਿਊਸ਼ਨ ਹੁੰਦਾ, ਹੈ ਨਾ, ਉਹ ਅਧਿਕਾਰ ਦਿੰਦਾ ਲੋਕਾਂ ਨੂੰ ਵੀ ਤੁਸੀਂ ਜੇ ਤੁਸੀਂ ਕਿਸ ਚੀਜ਼ ਤੋਂ ਤੰਗ ਆ ਤਾਂ ਸਰਕਾਰ ਸਹੀ ਨਹੀਂ ਕਰ ਰਹੀ ਤਾਂ ਤੁਸੀਂ ਇਕੱਠੇ ਹੋ ਕੇ ਇੱਕ ਆਪਦੀ ਗੱਲ ਰੱਖੋ ਅੱਗੇ, ਹੈ ਨਾ। ਚਲੋ ਉਹ ਰੱਖ ਰਹੇ ਨੇ, ਕਿਸੇ ਨੂੰ ਪ੍ਰੋਪਰਟੀ ਡੈਮੇਜ ਨਹੀਂ ਕਰ ਰਹੇ, ਕਿਸੇ ਨੂੰ ਹਾਰਮ ਨਹੀਂ ਕਰ ਰਹੇ, ਇੱਕ ਥਾਂ 'ਤੇ ਬੈਠੇ ਨੇ, ਉਹ ਤਾਂ ਗੱਲ ਬਾਅਦ ਦੀ ਹੈ, ਸਰਕਾਰ ਅਤੇ ਉਹਨਾਂ ਦਾ ਫੈਸਲਾ, ਉਹਨਾਂ ਨੇ ਕੀ ਫੈਸਲਾ ਲੈਣਾ, ਚਲੋ ਉਹ ਗੱਲ ਆਪਾਂ ਬਾਅਦ 'ਚੋਂ ਕਰਦੇ ਹਾਂ। ਪਰ ਜਿਹੜੇ ਆਪਣੇ ਪੰਜਾਬੀ ਹੀ ਟਵਿੱਟਰ ਦੇ ਗਰੁੱਪਾਂ 'ਚ ਜਾ ਕੇ, ਟਿਕਟੋਕ ਦੇ ਗਰੁੱਪਾਂ 'ਚ ਜਾ ਕੇ ਇੰਗਲਿਸ਼ 'ਚ ਮੈਸੇਜ ਕਰਦੇ ਆ ਨਾ ਵੀ ਇਹਨਾਂ ਨੂੰ ਕੱਢੋ, ਗੰਦ ਪਾਇਆ, ਕੀ ਗੰਦ ਪਤਾ ਯਾਰ। ਚੱਲ ਗੋਰਿਆਂ ਦੀ ਤਾਂ ਮੰਨ ਵੀ ਸਕਦੇ, ਗੋਰਿਆਂ ਨੂੰ ਥੋੜ੍ਹਾ ਅਟਪਟਾ ਲੱਗਦਾ, ਹੈ ਨਾ, ਕਿਉਂਕਿ ਇਹ ਧਰਨੇ ਧੁਰਨੇ ਨਹੀਂ ਲਾਉਂਦੇ। ਪਰ ਸੋਨੂੰ ਕੀ ਦਿੱਕਤ ਆ? ਠੀਕ ਹੈ, ਸਾਰਿਆਂ ਦੀ ਗੱਲ ਨਹੀਂ ਕਰਦਾ, ਸਾਰੇ ਜਿਹੜੇ ਇੱਥੇ ਪੱਕੇ ਨੇ ਉਹ ਸਾਰੇ ਨਹੀਂ ਹੈਗੇ, ਕੁਛਕ ਨੂੰ ਤਕਲੀਫ ਹੈ। ਵੀ ਗੱਲ ਕੀ ਹੈ, ਤੁਸੀਂ ਥੋੜ੍ਹਾ ਟਾਈਮ ਤੋਂ ਪਹਿਲਾਂ ਆ ਗਏ, ਹੈ ਨਾ, ਤੁਸੀਂ ਇੱਥੋਂ ਦੇ ਜੰਮਪਲ ਹੋਗੇ, ਤੁਸੀਂ ਕਹਿੰਦੇ ਹੋ ਵੀ ਅਸੀਂ ਨੇਟਿਵ ਇੱਥੇ ਰੈੱਡ ਇੰਡੀਅਨ ਸੀਗੇ। ਠੀਕ ਹੈ, ਕੈਨੇਡਾ ਕੰਟਰੀ ਬਣੀ ਇਮੀਗ੍ਰੈਂਟਸ ਤੋਂ, ਆਸੇ ਪਾਸੇ ਲੋਕ ਆਏ, ਇਕੱਠੇ ਰਹਿੰਦੇ ਆ ਹੁਣ। ਠੀਕ ਹੈ, ਬਹੁਤ ਲੋਕ ਆਉਂਦੇ ਨੇ ਫਿਲੀਪੀਨ ਤੋਂ ਆਉਂਦੇ ਨੇ, ਹੋਰ ਦੇਸ਼ਾਂ ਤੋਂ ਵੀ ਬਹੁਤ ਆਉਂਦੇ ਨੇ, ਕੋਰੀਆ ਤੋਂ ਆਉਂਦੇ ਨੇ। ਸੋ ਯਾਰ ਵੀ ਲੱਤਾਂ ਤਾਂ ਨਾ ਖਿੱਚੋ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਸਕਰੋਲ ਕਰ ਦਿਉ ਅੱਗੇ, ਲੰਘਾ ਦਿਉ ਵੀਡੀਓ, ਹੈ ਨਾ। ਇੱਕ ਪੇਜ ਹੈ ਟਿਕਟੋਕ 'ਤੇ, ਮੈਂ ਰਿਪੋਰਟ ਮਾਰਿਆ ਹੋਇਆ, ਉਹਦੀ DP ਨਾ ਝੰਡਾ ਜਿਹਾ ਲੱਗਿਆ ਨੀਲਾ ਜਿਹਾ, ਹੈ ਨਾ, ਬੜਾ ਉਹ ਭੜਕਾਉਂਦਾ ਵੀ ਆਹ ਸਟੂਡੈਂਟਸ, ਹੈ ਨਾ, ਉਹ ਕਰ ਰਹੇ ਨੇ ਬਲੈਕਮੇਲ ਕਰ ਰਹੇ ਨੇ ਆਪਣੀ ਗੌਰਮੈਂਟ ਨੂੰ, ਹੈ ਨਾ। ਅਤੇ ਲੋਕ ਭੜਕ ਜਾਂਦੇ ਇਹੋ ਜਿਹੀ ਜਦੋਂ ਹੈੱਡਲਾਈਨ ਦੇਖਦੇ ਆ। ਤੋ ਮੈਂ ਤਾਂ ਰਿਪੋਰਟ ਕਰਤਾ ਟਿਕਟੋਕ 'ਤੇ ਜਾ ਕੇ, ਆਪਣੇ ਬੰਦੇ ਵੀ ਸਾਥ ਦਿੰਦੇ ਆ, ਤੁਸੀਂ ਥੋੜ੍ਹਾ ਜਿਹਾ ਟਾਈਮ ਖੜ੍ਹ ਜਾਓ, ਗੋਰੇ ਵੀ ਪ੍ਰੋਟੈਸਟ ਕਰਨਗੇ ਜਿਹੜੇ ਹਿਸਾਬ ਨਾਲ ਮਹਿੰਗਾਈ ਹੋ ਰਹੀ ਹੈ। ਪ੍ਰੋਟੈਸਟ ਨੂੰ ਕੀ ਹੈ ਯਾਰ, ਜਿੰਨਾ ਚਿਰ ਤੁਸੀਂ ਕਿਸੇ ਦੀ ਪ੍ਰੋਪਰਟੀ ਨੂੰ ਡੈਮੇਜ ਕਰਦੇ, ਕਿਸੇ ਨੂੰ ਤੰਗ ਨਹੀਂ ਕਰਦੇ, ਕਿਸੇ ਨੂੰ ਹਾਰਮ ਨਹੀਂ ਕਰਦੇ, ਲੀਗਲ ਹੈ ਇਹ, ਫਰੀ ਕੰਟਰੀ ਆ, ਸੰਵਿਧਾਨ ਹੱਕ ਦਿੰਦਾ ਗਾ, ਠੀਕ ਹੈ। ਅਤੇ ਸਟੂਡੈਂਟ ਸਾਰੇ ਟੈਕਸ ਭਰਦੇ ਆ, ਕਿਹੜੀ ਚੀਜ਼ ਪਿੱਛੇ ਆ? ਮੇਰੀ ਗੱਲ ਸੁਣੋ, ਜਿਹੜੇ ਤਾਂ ਸੀਰੀਅਸ ਸਟੂਡੈਂਟ ਨੇ ਉਹੀ ਆਪਦਾ ਹੱਕ ਮੰਗ ਰਹੇ ਨੇ, ਜਿਹੜੇ ਕੁਛ ਕੁ ਹੁੰਦੇ ਨੇ, ਜਿਹੜੇ ਸ਼ਰਾਰਤੀ ਹੁੰਦੇ ਨੇ, ਉਹ ਤਾਂ ਬਈ ਇੰਨਾ ਫਿਕਰ ਨਹੀਂ ਕਰਦੇ, ਉਹ ਤਾਂ ਆਪਦਾ ਕਦੇ ਅਮੈਰੀਕਾ ਲੰਘ ਜਾਂਦੇ, ਕਦੇ ਕੁਛ ਲੰਘ ਜਾਂਦੇ ਆ, ਜਿਹਨਾਂ ਨੂੰ ਫਿਕਰ ਹੁੰਦਾ ਆਪਦੇ ਘਰਦਿਆਂ ਦਾ, ਉਹੀ ਪ੍ਰੋਟੈਸਟ ਕਰਦੇ ਆ। ਹੁਣ ਤੁਸੀਂ ਜੇ ਤੁਸੀਂ ਮੰਨ ਲਓ ਵੀ 100 ਸਟੂਡੈਂਟ ਆ ਜਿਹੜਾ ਪ੍ਰੋਟੈਸਟ ਕਰ ਰਿਹਾ, ਉਹਨੂੰ 100 ਨਾ ਮੰਨੋ, ਉਹਦੇ ਪਿੱਛੇ 4 ਜੀ ਇੰਡੀਆ 'ਚ ਵੀ ਬੈਠੇ ਨੇ, ਜਿਹੜੀ ਉਸ 'ਤੇ ਆਸਾ ਰੱਖੀ ਬੈਠੇ ਨੇ, ਕਿਸੇ ਨੇ ਆਪਦੀ ਜ਼ਮੀਨ ਵਿੱਚ ਹੋਊਗੀ, ਕਿਸੇ ਨੇ ਕਰਜ਼ਾ ਚੱਕਿਆ ਹੋਊਗਾ, ਹੈ ਨਾ, ਉਹ ਵੀ ਉਸ 'ਤੇ ਡਿਪੈਂਡ ਨੇ। ਤੁਸੀਂ 100 ਜੇ ਸਟੂਡੈਂਟ ਨਾ ਗਿਣੋ, 400 ਗਿਣੋ, ਵੀ ਉਹਨਾਂ ਦੀ ਲਾਈਫ ਵੀ ਇਹਨਾਂ 'ਤੇ ਡਿਪੈਂਡ ਆ, ਸੀਰੀਅਸ ਨੇ, ਹੈ ਨਾ। ਚਲੋ ਯਾਰ ਉਹ ਗੌਰਮੈਂਟ ਦਾ ਡਿਸੀਜਨ ਹੈ, ਸਟੂਡੈਂਟ ਆਪਦੀ ਗੱਲ ਰੱਖ ਰਹੇ ਆ, ਕੋਈ ਗਲਤ ਨਹੀਂ ਇਹ 'ਚ, ਹੈ ਨਾ। ਪਰ ਜੇ ਤੁਸੀਂ ਸਾਥ ਨਹੀਂ ਦੇਣਾ, ਲੱਤਾਂ ਨਾ ਖਿੱਚੋ, ਹੈ ਨਾ। ਮੈਂ ਵੀ ਸਟੂਡੈਂਟ ਰਿਹਾ, ਸਾਰੀ ਲੰਘਦੇ ਆ ਇਹ ਫੇਸ ਤੋਂ, ਬੁਰਾ ਲੱਗਦਾ ਯਾਰ ਵੀ ਕਿੱਥੋਂ, ਜਿਹੜੀ ਸਟੂਡੈਂਟ ਅਤੇ ਗੌਰਮੈਂਟ ਦੀ ਤਾਂ ਗੱਲ ਅਲੱਗ ਹੈ, ਜਿਹੜੀ ਆਪਾਂ ਗੋਰਿਆਂ ਵਿੱਚ ਆਪਣੀ ਕਮਿਊਨਿਟੀ ਨੂੰ ਹੇਟ ਵਧਾ ਰਹੇ ਹਾਂ ਨਾ, ਇਹ 'ਚੋਂ ਬਚਣਾ ਕਿਸੇ ਨੇ ਨਹੀਂ। ਗੋਰਿਆਂ ਨੇ ਜਦੋਂ ਹੇਟ ਵੱਧ ਗਈ ਨਾ, ਉਹਨਾਂ ਨੇ ਫਿਰ ਆਏ ਨਹੀਂ ਦੇਖਣਾ ਵੀ ਆਹ ਤਾਂ ਪਹਿਲਾਂ ਆਇਆ, ਆਹ ਇੱਥੋਂ ਦਾ ਪਰਮਾਨੈਂਟ ਹੈ, ਉਹਨਾਂ ਨੇ ਐਂ ਦੇਖਣਾ ਵੀ ਇਹ ਏਸ਼ੀਅਨ ਲੱਗ ਰਿਹਾ, ਬਸ ਇਹਨੂੰ ਹੇਟ ਕਰੋ, ਇਹਨੂੰ ਕੰਮ 'ਤੇ ਨਹੀਂ ਰੱਖਣਾ। ਦੇਖ ਲਓ ਇੰਨੀ ਹੇਟ ਵੱਧ ਗਈ, ਮੈਂ ਖਬਰ ਪੜ੍ਹੀ ਜਿੱਥੇ ਇੰਡੀਆ ਦੇ ਸਟਾਫ ਨੇ ਉਹ ਰੈਸਟੋਰੈਂਟ 'ਚ ਜਾਣਾ ਬੰਦ ਕਰਤਾ, ਠੀਕ ਹੈ। ਅਤੇ ਸਟੂਡੈਂਟ ਕਰਕੇ ਇਕੋਨਮੀ ਬਹੁਤ ਚੱਲਦੀ ਹੈ, ਸਾਰੀ ਨਹੀਂ ਚੱਲਦੀ ਪਰ ਬਹੁਤ ਚੱਲਦੀ ਹੈ, ਤੁਹਾਡੇ ਰੈਸਟੋਰੈਂਟ, ਹੈ ਨਾ, ਰੈਂਟਿੰਗ ਜਿਹੜੀ ਆਹ ਹਾਊਸਿੰਗ ਮਾਰਕੀਟ ਆ, ਸਾਰੀ ਸਟੂਡੈਂਟ ਕਰਕੇ ਚੱਲਦੀ, 4-4 ਘਰ ਲੈ ਲੈਂਦੇ, ਫਿਰ ਰੈਂਟ 'ਤੇ ਵੀ ਸਟੂਡੈਂਟ ਚੜ੍ਹਦੇ ਆ, ਰੈਸਟੋਰੈਂਟ ਚੱਲਦੇ ਨੇ, ਕੰਸਟਰਕਸ਼ਨ, ਸਾਰੇ ਕੰਮ ਕਰਦੇ ਨੇ। ਹਾਂ, ਗੋਰੇ ਵੀ ਕਰਦੇ ਨੇ, ਠੀਕ ਹੈ, ਐਂ ਨਹੀਂ ਵੀ ਇਕੱਲੀ ਸਟੂਡੈਂਟ ਕਰਦੇ ਆ, ਪਰ ਸਟੂਡੈਂਟ ਇੱਕ ਮੁੱਖ ਕਿਰਦਾਰ ਨਿਭਾਉਂਦੇ ਨੇ ਇਕੋਨਮੀ 'ਚ, ਠੀਕ ਹੈ। ਪੈਸਾ ਲੈ ਕੇ ਆਉਂਦੇ ਨੇ, ਕਿੰਨਾ ਪੈਸਾ, ਜਦ 33 ਬਿਲੀਅਨ ਡਾਲਰ ਪਰ ਈਅਰ। ਸੋ ਯਾਰ
ਕੁਛ ਕਰਨ ਤੋਂ ਪਹਿਲਾਂ, ਕਿਤੇ ਕਮੈਂਟ ਕਰਨ ਤੋਂ ਪਹਿਲਾਂ ਤੁਹਾਡਾ ਕਮੈਂਟ ਆਏ ਨਹੀਂ ਪਤਾ ਕਿੰਨਿਆਂ ਨੂੰ ਭੜਕਾ ਦੇ, ਕਿੰਨਿਆਂ ਨੂੰ ਹੇਟ ਵਧਾ ਦੇ। ਫਿਰ ਜਦੋਂ ਹੇਟ ਵੱਧ ਗਈ ਨਾ, ਫਿਰ ਇਹਨਾਂ ਨੇ ਏਸ਼ੀਆ ਏਸ਼ੀਅਨ ਦੇਖਣਾ, ਉਹਨਾਂ ਨੇ ਐਂ ਨਹੀਂ ਦੇਖਣਾ ਵੀ ਆਹ ਪਹਿਲਾਂ ਆਇਆ ਆ ਇੱਥੋਂ ਦਾ ਹੋਣਾ ਆ, ਉਹਨਾਂ ਨੇ ਕੁਛ ਨਹੀਂ ਦੇਖਣਾ। ਉਹਨਾਂ ਨੇ ਤੁਹਾਡੇ ਹਾਊਸ ਵੀ ਬੈ ਉਹ ਰੈਸਟੋਰੈਂਟ ਵੀ ਬੈਨ ਕਰਦੇ, ਤੁਹਾਡੇ ਕੰਮ ਵੀ ਬੈਨ ਕਰਦੇ ਜੋ ਇਹਨਾਂ ਨੇ ਏਕਾ ਕਰ ਲਿਆ। ਇਹਨਾਂ ਦਾ ਏਕਾ ਭੈੜਾ, ਇਹ ਕਰਦੇ ਮਸਾਂ ਹੀ ਆ ਗੋਰੇ, ਪਰ ਇਹਨਾਂ ਦਾ ਏਕਾ ਭੈੜਾ, ਠੀਕ ਆ। ਸੋ ਵੀਰੇ ਹੇਟ ਨਾ ਵਧਾਓ, ਜੇ ਕੁਛ ਸਪੋਰਟ ਨਹੀਂ ਕਰਨੀ ਤਾਂ ਡੀਫੇਮ ਵੀ ਨਾ ਕਰੋ। ਥੈਂਕ ਯੂ। ਹੈ ਨਾ, ਮੈਂ ਕੋਈ ਬਾਹਲਾ ਗਿਆਨੀ ਨਹੀਂ ਹੈਗਾ, ਬਸ ਮੈਂ ਦੇਖ ਰਿਹਾ ਸੀ ਯਾਰ ਜਿਹੜਾ ਹੁਣ ਚੱਲ ਰਿਹਾ ਹੈ ਨਾ, ਹੇਟ ਵੱਧ ਰਹੀ ਆ। ਮੇਰੇ ਕਮੈਂਟਾਂ 'ਚ ਵੀ ਆ ਕੇ ਹੇਟ ਦਿੰਦੇ ਆ ਵੀ ਤੂੰ ਇੰਡੀਆ ਚੱਲ ਜਾ, ਕਰੀ ਹੋ ਤੁਸੀਂ, ਕਰੀ ਕਹਿਣ ਲੱਗ ਗਏ ਆਪਾਂ ਨੂੰ ਤਰੀ, ਹੈ ਨਾ ਵੀ ਏਸ਼ੀਅਨ ਆਇਆ ਏਸ਼ੀਅਨ ਆ, ਬੁਰਾ ਲੱਗਦਾ ਯਾਰ ਕਿਉਂ ਹੇਟ ਵਧਾ ਰਹੇ ਹੋ। ਇਹ ਸਾਰਿਆਂ ਦਾ ਦੇਸ਼ ਹੈ, ਸਾਰੇ ਪੈਸੇ ਲਾ ਕੇ ਆਏ ਆ, ਨਾ ਮੈਂ ਇਕੱਲਾ ਲਾ ਕੇ ਆਇਆ ਨਾ ਤੁਸੀਂ ਇਕੱਲੇ ਲਾ ਕੇ ਆਇਓ, ਸਾਰੇ ਕਰਜ਼ਾ ਚੱਕ ਕੇ ਆਉਂਦੇ ਆ ਚੰਗੀ ਲਾਈਫ ਨੂੰ। ਹਰੇਕ ਨੂੰ ਹੱਕ ਹੈ ਆਪਦੀ ਇੱਕ ਚੰਗੀ ਲਾਈਫ ਜੀਣ ਦਾ। ਸੋ ਜੇ ਚੰਗੀ ਲੱਗੇ ਤਾਂ ਯਾਰ ਸ਼ੇਅਰ ਕਰ ਦਿਓ, ਹੈ ਨਾ, ਉਹ ਲੋਕਾਂ ਤੱਕ ਵੀ ਜਿਹੜੇ ਸਟੂਡੈਂਟ ਨੂੰ। ਯਾਰ ਸਟੂਡੈਂਟ ਦੇਖੋ ਜਿਹੜੀ ਉਹ ਟੀਨੇਜਰ ਏਜ ਹੁੰਦੀ ਹੈ ਨਾ, ਉਹ 'ਚ ਕਾਲੇ ਗੋਰੇ ਆਪਣੇ ਸਟੂਡੈਂਟ ਫਿਲੀਪੀਨੋ ਚਿੰਕੇ ਸਾਰੇ ਹੀ ਖੋਰੂ ਪਾਉਂਦੇ ਨੇ, ਠੀਕ ਹੈ। ਸਟੂਡੈਂਟ ਥੋੜ੍ਹੇ ਜਿਹੇ ਆਪਣੇ ਵਾਲੇ ਆਏ ਵੀ ਆਪਣੇ ਵਾਲੇ ਗੱਲ ਵਧਾ ਲੈਂਦੇ ਆ, ਆਪਣੇ ਵਾਲੀ ਪੰਜਾਬੀ ਕਮਿਊਨਿਟੀ ਗੱਲ ਨੂੰ ਚੱਕ ਲੈਂਦੀ ਹੈ, ਸਾਰੇ ਬਾਕੀ ਥੱਪ ਲੈਂਦੇ। ਗੋਰੇ ਕਾਰੇ ਸੇਮ ਚੀਜ਼ਾਂ ਕਰਦੇ ਨੇ ਯਾਰ, ਸੇਮ ਸ਼ੀਟ ਕਰਦੇ ਨੇ, ਠੀਕ ਹੈ। ਸੋ ਸਟੂਡੈਂਟ ਨੂੰ ਨਫ਼ਰਤ ਨਾ ਕਰੋ, ਠੀਕ ਹੈ, ਹੇਟ ਨਾ ਵਧਾਓ। ਇਕੱਲੇ ਫਿਰ ਸਟੂਡੈਂਟ ਕਰ ਅੱਗ ਜਿਹੜੀ ਪਹੁੰਚਣੀ ਹੈ ਨਾ, ਉਹ ਇਕੱਲੇ ਸਟੂਡੈਂਟ 'ਤੇ ਨਹੀਂ ਰਹਿਣੀ, ਉਹ ਫਿਰ ਸਾਰੀ ਕਮਿਊਨਿਟੀ ਨੂੰ ਚੱਕੂਗੀ, ਠੀਕ ਹੈ। ਫਿਰ ਕੁਛ ਸਮਝ ਜਾਓ, ਹੈ ਨਾ, ਜੋ ਸਮਝਾਉਣਾ ਚਾਹੁੰਦਾ। ਅਤੇ ਥੈਂਕ ਯੂ ਯਾਰ।